ਉਹ ਗੱਲ ਕਰੀਏ ਤਾਂ ਬੜੀ ਮੰਦਭਾਗੀ ਕਟਨਾ ਜਿਹੜੀ ਪਿੰਡ ਹਰੀਨਾਵ ਕੋਟਕਪੁਰਾਵੇ ਖਿਉਈ ਤਾਂ ਗੁਰਪ੍ਰੀਤ ਸਿੰਘ ਹਰੀਨਾਵ ਉਹਨੂੰ ਮਾਰ ਦਿੱਤਾ ਜਾਂਦਾ ਤਾਂ ਕੁਝ ਵਿਅਕਤੀਆਂ ਪਛਾਤੇ ਵਿਅਕਤੀ ਜਿਹੜੇ ਮੋਟਰਸਾਈਕਲ ਤੇ ਹੁੰਦੇ ਨੇ ਤਾਂ ਅਨਸਾਰ ਫਾਇਰਿੰਗ ਸ਼ੁਰੂ ਕਰ ਦਿੰਦੇ ਤਸਵੀਰਾਂ ਤੁਹਾਨੂੰ ਕਹਾਂਗੇ ਜਦੋਂ ਫਾਇਰਿੰਗ ਕਰਦੇ ਨੇ ਤਾਂ ਗੁਰਪ੍ਰੀਤ ਸਿੰਘ ਜਿਹੜਾ ਇੱਥੇ ਆਪਣੇ ਬਾਈਕ ਤੇ ਆਉਂਦਾ ਉਹ ਇੱਥੇ ਡਿੱਗ ਜਾਂਦਾ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਪਿੰਡ ਵਿੱਚ ਆ ਕੇ ਇਸਰਾਂ ਦੀ ਕਟਨਾ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਇੱਕ ਗੋਲੀ ਇੱਥੇ ਵੱਜਦੀ ਆ ਤਾਂ ਉਸ ਤੋਂ ਬਾਅਦ ਗੁਰਪ੍ਰੀਤ ਸਿੰਘ ਇੱਥੋਂ ਭੱਜਦਾ ਤਾਂ ਪਿੱਛੇ ਗਲੀ ਵਿੱਚ ਚਲਾ ਜਾਂਦਾ ਤਾਂ ਲੇਕਿਨ ਕਰੀਬ ਦੱਸਿਆ ਕਿ ਹੁਣ 18 ਘੰਟੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਤਾਂ ਪੁਲਿਸ ਦੇ ਹੱਥ ਹਜੇ ਤੱਕ ਵੀ ਖਾਲੀ ਨੇ ਸਿਰਫ ਸੀਸੀਟੀਵੀ ਖੰਗਾਲਨ ਤੇ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਲੱਗੇ ਹੋਏ ਨੇ ਤਾਂ ਆਲਾ ਅਧਿਕਾਰੀ ਇੱਥੇ ਪਹੁੰਚੇ ਸੀ ਉਹਨਾਂ ਨੇ ਆ ਕੇ ਤੇ ਪਿੰਡ ਚੋਂ ਗੱਲਬਾਤ ਕੀਤੀ ਪਰਿਵਾਰ ਨਾਲ ਮੁਲਾਕਾਤ ਕੀਤੀ ਲੇਕਿਨ ਪਰਿਵਾਰ ਇੱਕ ਹੀ ਗੱਲ ਕਰ ਰਿਹਾ ਕਿ ਸਾਨੂੰ ਇਨਸਾਫ ਚਾਹੀਦਾ ਹੈ ਤੇ ਗੁਰਪ੍ਰੀਤ ਸਿੰਘ ਜੀ ਨਾਲ ਉਹ ਗੱਲ ਕਰੀਏ ਤਾਂ ਪਰਿਵਾਰ ਅਤੇ ਪਿੰਡ ਦੇ ਲੋਕ ਇਹ ਕਹਿ ਰਹੇ ਨੇ ਕਿ ਬਹੁਤ ਚੰਗੇ ਵਿਹਾਰ ਦਾ ਵਿਅਕਤੀ ਸੀ ਹਰ ਇੱਕ ਨਾਲ ਮੇਲਜੋਲ ਰੱਖਦਾ ਸੀ ਤਾ ਇਸ ਤਰ੍ਹਾਂ ਉਹਦੇ ਘਰ ਤੋਂ 300 ਮੀਟਰ ਕੋ ਘਰ ਵੀ ਨਜ਼ਦੀਕ ਸੀ ਅਨੁਸਾਰ ਜਿਹੜੇ ਬਾਈਕ ਤੇ ਆਉਂਦੇ ਨੇ ਪੁੱਛਦੇ ਨੇ ਕਿ ਗੁਰਪ੍ਰੀਤ ਸਿੰਘ ਜਿਹੜਾ ਕਿ ਟੋਕ ਨਾਂ ਦੇ ਆਈਡੀ ਚਲਾਉਂਦਾ ਉਸ ਦਾ ਘਰ ਕਿਹੜਾ ਤਾਂ ਉਸ ਤੋਂ ਬਾਅਦ ਉਹ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੰਦੇ ਜੋ ਗੁਰਪ੍ਰੀਤ ਸਿੰਘ ਇੱਕ ਚੋਣ ਪ੍ਰਚਾਰ ਕਰਨ ਤੋਂ ਬਾਅਦ ਇੱਥੇ ਆਉਂਦਾ ਤਾਂ ਇੱਥੇ ਗੁਰਪ੍ਰੀਤ ਸਿੰਘ ਜਿਹੜਾ ਸਾਹਮਣੇ ਗੇਟ ਤੋਂ ਦੇਖ ਸਕਦੇ ਹੋ ਕਿ ਭਜਦਾ ਤਾਂ ਉਹ ਬੱਟਰ ਕੋਲੇ ਜਿਹੜਾ ਦਿਖ ਰਿਹਾ ਸਾਫ ਦਿਖ ਰਿਹਾ ਕਿ ਉਹ ਭਜਦਾ ਤਾਂ ਉੱਥੇ ਗੋਲੀ ਵੱਜਦੀ ਹੈ ਕਿਉਂਕਿ ਇੱਥੋਂ ਗੋਲੀ ਵੱਜ ਤੋਂ ਬਾਅਦ ਉੱਥੇ ਜਾ ਕੇ ਉਹ ਡਿੱਗ ਪੈਂਦਾ ਤਾਂ ਇਤੋਂ ਤੱਕ ਨਹੀਂ ਕਿ ਮਗਰ ਜਾਂਦੇ ਨੇ ਜਿਹੜੇ ਵਿਅਕਤੀ ਮਾਰਨ ਆਏ ਸੀ ਜਿਹੜੇ ਦੋਸ਼ੀ ਜਿਹੜੇ ਰੋਪੀ ਸੀ ਨੇ ਜਿਨ੍ਹਾਂ ਨੇ ਵਿਅਕਤੀ ਗੋਲੀ ਮਾਰਨ ਆਏ ਸੀ ਤਾਂ ਮਗਰ ਤੱਕ ਜਾਂਦੇ ਨੇ ਗੇਟ ਤੇ ਜਾਂਦੇ ਨੇ ਤਾਂ ਉੱਥੇ ਉਹਨੂੰ ਫਿਰ ਢਾ ਕੇ ਦੁਆਰਾ ਫਾਇਰਿੰਗ ਸ਼ੁਰੂ ਕਰ ਦਿੰਦੇ ਨੇ 5 4 ਤੋਂ 5 ਦੇ ਕਰੀਬ ਜਿਹੜੇ ਫਾਇਰ ਆ ਉਹ ਕੀਤੇ ਜਾਂਦੇ ਨੇ ਤਾਂ ਤਸਵੀਰਾਂ ਤੁਹਾਨੂੰ ਇੱਕ ਵਾਰੀ ਦਿਖਾਦਾ ਕਿ ਫਿਰ ਇੱਥੇ ਜਿਹੜੇ ਫਾਇਰ ਆ ਜਿਹੜੇ ਉਹ ਕੀਤੇ ਜਾਂਦੇ ਨੇ ਤਾਂ ਰੌਣ ਲਿਖਿਆ ਗਿਆ ਕਿ ਤੀਜਾ ਫਾਇਰ ਕਿਉਂਕਿ ਪੁਲਿਸ ਨੇ ਜਿਹੜਾ ਦੱਸ ਦਈਏ ਕਿ ਸੀਨ ਨੂੰ ਜਿਹੜਾ ਕ੍ਰਾਈਮ ਸੀਨ ਆ ਉਹਨੂੰ ਇੱਥੇ ਡਿਡੈਕਟ ਕੀਤਾ ਸੀ 3 ਨੇ ਤੇ ਲਿਖਿਆ 03 ਤੀਜਾ ਫੈਰ ਚੌਥਾ ਫੈਰ ਇੱਥੇ ਵਜਾ ਤੇ ਇਥੋਂ ਭੱਜ ਕੇ ਗੁਰਪ੍ਰੀਤ ਸਿੰਘ ਆਪਣੀ ਜਾਨ ਬਚਾਉਣ ਦੀ ਲਈ ਜਾਂਦਾ ਤਾਂ ਇੱਕ ਦਰਵਾਜ਼ਾ ਕਰਦਾ ਖੜਕਾਉਂਦਾ ਤਾਂ ਲੇਕਿਨ ਦਰਵਾਜ਼ਾ ਨਹੀਂ ਖੁੱਲਦਾ ਤਾਂ ਉੱਥੇ ਹੀ ਡਿੱਗ ਪੈਂਦਾ ਡਿੱਗਣ ਤੋਂ ਬਾਅਦ ਆ ਜਿਹੜੇ ਉਸ ਨੂੰ ਫਿਰ ਮੁੱਦਾ ਕਰਕੇ ਗੋਲੀਆਂ ਜਿਹੜੀਆਂ ਨੇ ਉਹ ਮਾਰੀਆਂ ਜਾਂਦੀਆਂ ਲੇਕਿਨ ਸਵਾਲ ਹੈ ਪੁਲਿਸ ਦੇ ਖੜੇ ਹੁੰਦੇ ਨੇ ਆਖਰਕਾਰ ਕੀ ਕਿੱਥੇ ਨੇ ਪੁਲਿਸ ਦੇ ਉਹ ਦਾਅਵੇ ਕੀ ਹਥਿਆਰ ਆ ਜਿਹੜੇ ਉਹ ਜਮਾ ਨੇ ਕੋਈ ਬੰਦਾ ਹਥਿਆਰ ਆ ਜਿਹੜਾ ਨਹੀਂ ਲੈ ਕੇ ਚੱਲ ਸਕਦਾ ਕਿਸ ਤਰ੍ਹਾਂ ਵੇਖਦੋਂ ਜੀ ਕਟਨਾ ਨੂੰ ਬੜੀ ਮੰਦਭਾਗੀ ਕਟਨਾ ਵਾਪਰੀ ਐ ਤਾਂ ਕਿਸ ਤਰ੍ਹਾਂ ਦਿਖਿਆ ਜਾ ਰਿਹਾ ਸਕੋਰ ਕਰਦਾ ਬਹੁਤ ਮੰਦਭਾਗੀ ਘਟਨਾ ਵਾਪਰੀ ਐ ਸਾਡਾ ਸਾਥੀ ਸੀ ਪੰਥਕ ਸਫਾ ਦੇ ਵਿੱਚ ਅੱਗੇ ਹੋ ਕੇ ਵਿਚਰਦਾ ਸੀ ਪਰ ਹਾਲਾਤ ਆ ਜਿਹੜੇ ਪੰਜਾਬ ਦੇ ਉਹ ਵਿਗੜ ਰਹੇ ਐ ਪੰਜਾਬ ਸਰਕਾਰ ਹੈ ਇਸ ਗੱਲਾਂ ਵੱਲ ਧਿਆਨ ਨਹੀਂ ਦੇ ਰਹੀ ਦਿਨ ਦਿਹਾੜੇ ਪਿੰਡ ਦੇ ਵਿੱਚ ਆ ਕੇ ਗੋਲੀਆਂ ਮਾਰੀਆਂ ਜਾਣੀਆਂ ਇਥੋਂ ਸਰਕਾਰ ਦਾ ਪ੍ਰਸ਼ਾਸਨ ਬਿਲਕੁਲ ਫੇਲ ਹੈ ਪਿੰਡ ਦੇ ਵਿੱਚ ਨੌਜਵਾਨ ਜਿਹੜਾ ਬੜੇ ਉਹਨੇ ਚੰਗੇ ਕੰਮ ਕੀਤੇ ਸੀ ਤੇ ਪੰਥ ਦੇ ਵਿੱਚ ਵੀ ਉਹਨੇ ਮੂਰੇ ਹੋ ਕੇ ਰੋਲ ਨਿਭਾਇਆ ਅੱਜ ਸਾਰੇ ਪੰਥ ਦੇ ਵਿੱਚ ਫਾਈ ਗੁਰਪ੍ਰੀਤ ਸਿੰਘ ਦੇ ਜਾਨ ਦੇ ਨਾਲ ਬਹੁਤ ਵੱਡਾ ਘਾਟਾ ਪਿਆ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਆ ਵੀ ਜਿਹੜੇ ਦੋਸ਼ੀ ਹੈ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਉਹਨਾਂ ਨੂੰ ਫੜ ਕੇ ਲੋਕਾਂ ਦੇ ਸਾਹਮਣੇ ਕੀਤਾ ਜਾਵੇ ਸਾਰੀ ਤਫ਼ਤੀਸ਼ ਕੀਤੀ ਜਾਵੇ ਕੀ ਕਾਰਨ ਹੈ ਕਿਉਂ ਗੋਲੀਆਂ ਮਾਰੀਆਂ ਕੀ ਉਹਦਾ ਕਸੂਰ ਸੀ ਵਿਚਾਰੇ ਦਾ ਪਿੰਡਾਂ ਦੇ ਵਿੱਚ ਜਾਂਦਾ ਸੀ ਲੋਕਾਂ ਨੂੰ ਲਾਮਬੰਦ ਕਰਦਾ ਸੀ ਨਸ਼ੇ ਦੇ ਖਿਲਾਫ ਤੇ ਕਿਸਾਨੀ ਦੇ ਲਈ ਵੀ ਵੱਡਾ ਯੋਗਦਾਨ ਸੀ ਬਰਗਾੜੀ ਮੋਰਚੇ ਦੇ ਵਿੱਚ ਵੀ ਵੱਡਾ ਯੋਗਦਾਨ ਸੀ ਬਾਈਬਲ ਕਲਾ ਸੰਘਰਸ਼ ਕੀਤਾ ਉਸ ਦੇ ਵਿੱਚ ਵੀ ਵੱਡਾ ਯੋਗਦਾਨ ਸੀ ਗੁਰਪ੍ਰੀਤ ਦਾ ਦੀਪ ਸਿੱਧੂ ਦੇ ਨਾਲ ਰਹਿ ਕੇ ਵੀ ਉਹਨੇ ਵੱਡਾ ਯੋਗਦਾਨ ਪਾਇਆ ਤੇ ਅਸੀਂ ਸਾਰਿਆਂ ਨੂੰ ਕਹਿੰਨੇ ਆ ਜਿੰਨੇ ਵੀ ਨੌਜਵਾਨ ਆ ਭਰਾ ਮਾਰੂ ਜੰਗਾ ਜਿਹੜੀ ਇਹ ਨਾਂ ਸ਼ੁਰੂ ਕੀਤੀ ਜਾਵੇ ਇੱਕ ਦੂਜੇ ਦੇ ਖਿਲਾਫ ਬੋਲਣਾ ਉਹ ਭਾਵੇਂ ਕੋਈ ਵੀ ਹੋਵੇ ਸੋਸ਼ਲ ਮੀਡੀਆ ਤੇ ਅਸੀਂ ਸਾਰਿਆਂ ਨੂੰ ਕਵਾਂਗੇ ਵੀ ਇਹੋ ਜਿਹੀਆਂ ਗੱਲਾਂ ਨਾ ਕੀਤੀਆਂ ਜਾਣ ਭਾਵੇਂ ਕੋਈ ਵੀ ਹੋਵੇ ਤੇ ਪ੍ਰਸ਼ਾਸਨ ਜਿਹੜਾ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰੇ ਪਰਿਵਾਰ ਨੂੰ ਇਨਸਾਫ ਮਿਲੇ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਬਿਲਕੁਲ ਕਿ ਪਰਿਵਾਰ ਦੇ ਨਾਲ ਖੜੇ ਹਾਂ ਲੇਕਿਨ ਵੱਡੀ ਗੱਲ ਨਾ ਹੋ ਜਾਂਦੀ ਆ ਪਹਿਲਾਂ ਤਾਂ ਗੱਲ ਕਰਿ ਇਲੈਕਸ਼ਨ ਚੱਲ ਰਹੇ ਨੇ ਕੋਡ ਲੱਗਾ ਹੋਇਆ ਤਾਂ ਅਸਲਾ ਜਮ੍ਹਾਂ ਹੋ ਜਾਂਦਾ ਲੇਕਿਨ ਅਸਲਾ ਤਾਂ ਲੋਕਾਂ ਦਾ ਜਮ੍ਹਾਂ ਹੋਣਾ ਤੇ ਲੇਕਿਨ ਇਹ ਫਿਰ ਵੀ ਕਿੱਥੋਂ ਹਥਿਆਰ ਆਉਂਦੇ ਨੇ ਕਿੱਥੋਂ ਗੁੰਡਾ ਅੰਸਰ ਆਉਂਦੇ ਨੇ ਤਾਂ ਵਾਰਦਾਤਾਂ ਦਾ ਅੰਜਾਮ ਦਿੰਦੇ ਕੋਈ ਕੱਲ ਮਿਸ਼ਨ ਕਸੋ ਵੀ ਚਲਾਇਆ ਸੀ ਤੁਹਾਨੂੰ ਬਤਾਊਗਾ ਪੂਰੇ ਪੰਜਾਬ ਸੀਗਾ ਚੈਕਿੰਗ ਪੂਰੇ ਪੰਜਾਬ ਪੁਲਿਸ ਕਰ ਰਹੀ ਸੀ ਲੇਕਿਨ ਉਸ ਤੋਂ ਬਾਅਦ ਫਿਰ ਏਡੀ ਵਾਰਦਾਤ ਹੋ ਜਾਣਾ ਕਿਵੇਂ ਵੇਖਦੇ ਹੋ ਇਹ ਜਿਵੇਂ ਕਹਾਵਤ ਬਣਾਈ ਗਈ ਹੈ ਨਾ ਜੀ ਕਹਿੰਦੇ ਵੀ ਤਾਲੇ ਸਾਧਾ ਵਾਸਤੇ ਹੁੰਦੇ ਆ ਚੋਰਾਂ ਵਾਸਤੇ ਨਹੀਂ ਹੁੰਦੇ ਹੈਨਾ ਮੰਨ ਲਓ ਅਸਲੇ ਜਮਾ ਹੁੰਦੇ ਆ ਉਹ ਜਿਹੜੇ ਪਿੰਡਾਂ ਦੇ ਵਿੱਚ ਜਿਨੇ ਮੰਨ ਲਓ ਅਸਲੇ ਰੱਖੇ ਆ ਜਿਨੇ ਆਪਦੀ ਫਾਇਦ ਵਾਸਤੇ ਜਾਂ ਕਿਵੇਂ ਉਹ ਤਿੰਨ ਤਿੰਨ ਪੇਟੀਆਂ ਦੇ ਵਿੱਚ ਦੱਬ ਕੇ ਅਸਲੇ ਰੱਖਦੇ ਆ ਥੱਲੇ ਕਿਤੇ ਮੈਨੂੰ ਲੱਗਦਾ ਦੀਵਾਲੀ ਜਾਂ ਕੋਈ ਕਿਵੇਂ ਦੀ ਚੀਜ਼ ਆਉਂਦੀ ਉਦੋਂ ਪਾਵਾ ਕਿਵੇਂ ਕੱਢ ਲੈਣ ਜਾਂ ਕੋ ਕਿਵੇਂ ਇਹ ਚੋਰਾਂ ਕੋਲ ਤਾਂ ਆ ਮਾ ਜੀ ਸਭ ਤੋਂ ਵੱਡੀ ਤੁਸੀਂ ਇਹ ਜਿਹੜੀ ਕਰਪਟ ਮੈਂ ਤਾਂ ਸਰਕਾਰ ਇਹਨੂੰ ਕਹੂੰਗਾ ਵੀ ਇਹ ਭਗਵੰਤ ਮਾਨ ਦੀ ਜਿਹੜੀ ਨਕਮੀ ਤੁਸੀਂ ਦੇਖਿਆ ਹੋਣਾ ਜਿਹੜੇ ਸਰਪੰਚੀ ਦੇ ਇਲੈਕਸ਼ਨ ਚੱਲੇ ਆ ਜਾਂ ਕੋ ਕਿਵੇਂ ਐਵੇਂ ਦੇ ਅਸੀਂ ਦੇਖਿਆ ਸੀ ਕਦੇ ਮੇਰੀ ਅੱਜ ਮੰਨ ਲਓ 50 ਸਾਲ ਦੀ ਉਮਰ ਹੋ ਚੱਲੀ ਆ ਸਾਨੂੰ ਅਸੀਂ ਨਹੀਂ ਦੇਖਿਆ ਕਦੇ ਵੀ ਐਵੇਂ ਦਾ ਕੰਮ ਹੁੰਦਾ ਹੋਵੇ ਵੀ ਪਿੰਡਾਂ ਦੇ ਵਿੱਚ ਧੜੇ ਬਾਜ਼ੀਆਂ ਬਣ ਜਾਣੀਆਂ ਜੇ ਨਾ ਕੋਈ ਵੋਟ ਦੇਉ ਕਰੂਗਾ ਤਾਂ ਸ਼ਰੇਆਮ ਗੋਲੀਆਂ ਮਾਰ ਦਿੱਤੀਆਂ ਜਾਣੀਆਂ ਅਦੇ ਕੋਣ ਐਡਾ ਨੌਜਵਾਨ ਇੱਕ ਮਾਂ ਪਿਓ ਦਾ ਹੋਣਹਾਰ ਬੱਚਾ ਪਹਿਲਾਂ ਥੋੜਾ ਸਮਾਂ ਹੋਇਆ ਮੰਨ ਲਓ ਵੀ ਉਹਦਾ ਦਾਦਾ ਜੀ ਗੁਜ਼ਰੇ ਹੈ ਨਾ ਉਹ ਸਮਾਂ ਹਲੇ 2 ਕੁ ਮਹੀਨੇ ਹੋਇਆ ਉਹਦੇ ਚੋਂ ਪਰਿਵਾਰ ਸ਼ਮੇ ਚੋਂ ਨਿਕਲਿਆ ਨਹੀਂ ਹੈ ਅੱਜ ਘਰੇ ਆ ਕੇ ਘਰੇ ਮਾਰਿਆ ਗਿਆ ਜੀ ਬਿਲਕੁਲ ਦੇਖਿਆ ਤੁਹਾਡੇ ਸਾਹਮਣੇ ਫਿਰ ਐਦੂੰ ਵੱਡੇ ਜਾਦੇ ਹੌਸਲੇ ਉਹਨਾਂ ਦੇ بلند ਨੇ ਇੱਕ ਪਿੰਡ ਦੇ ਵਿੱਚ ਆ ਕੇ ਛਰੇ ਆਮ ਘਰੇ ਗੋਲੀਆਂ ਮਾਰ ਜਾਣੀਆਂ ਔਰ ਪਤਾ ਕੋਈ ਨਹੀਂ ਤੇ ਇਹਦੇ ਵਿੱਚ ਇਹ ਸਭ ਤੋਂ ਵੱਡੀ ਇਹ ਨਕਮੀ ਜਿਹੜੀ ਸਾਡੇ ਵਾਸਤੇ ਆਸੀ ਤਾਂ ਇਹ ਸੋਚਾਂਗੇ ਵੀ ਨਾ ਕਦੇ ਜਿਹੜੀਆਂ ਪਿਛਲੇ ਬੰਨਿਓ ਆਇਆ ਕੋਈ ਕਾਂਗਰਸੀ ਆਗੇ ਜਾਂ ਕੋਈ ਬਾਦਲਦਲੀਏ ਆਗੇ ਜਾਂ ਕੋ ਕੋਵੇਂ ਆਗੇ ਅੱਜ ਜਿਹੜੇ ਆਪ ਆਲੇ ਐ ਇਹ ਕਹਿੰਦਾ ਸੀ ਵੀ ਮੈਂ ਬਦਲਾ ਭਗਵੰਤ ਮਾਨ ਤੋਂ ਅਸੀਂ ਇੱਕੋ ਚੀਜ਼ ਪੁੱਛਦੇ ਆ ਵੀ ਭਗਵੰਤ ਮਾਨਾ ਤੂੰ ਇਹੋ ਜਿਹਾ ਬਦਲਾ ਲੈਂਦਾ ਹੈ ਜੇ ਸਾਡੀ ਕਲਮ ਸੀ ਉਹ ਮਾਰੀ ਗਈ ਆ ਜੇ ਸਾਡੀ ਖੇਡ ਸੀ ਉਹ ਮਾਰੀ ਗਈ ਹੈ ਕੋਈ ਗੈਕੀ ਦੇ ਵਿੱਚ ਚੰਗੇ ਹੋਣ ਵਾਲੇ ਬੱਚੇ ਉਹ ਮਾਰੇ ਗਏ ਇੱਕ ਇੱਕ ਬੰਦਾ ਕਰਕੇ ਸਾਡਾ ਮਾਰਿਆ ਜਾ ਰਿਹਾ ਹੈ ਅਸੀਂ ਇਹ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਵੀ ਇੱਕ ਇੱਕ ਜਿਹੜਾ ਨੌਜਵਾਨ ਹੈ ਜਾਂ ਪੰਥ ਵਾਸਤੇ ਜਾਂ ਕੋਈ ਕਿਦਾਂ ਕੋਈ ਬੋਲਦਾ ਹੈ ਤੇ ਉਹ ਮਾਰਿਆ ਜਾ ਰਿਹਾ ਇਹ ਹੋ ਕੀ ਰਿਹਾ ਪੰਜਾਬ ਦੇ ਵਿੱਚ ਹਾਕਮ ਸਿੰਘ ਜੀ ਹਾਕਮ ਸਿੰਘ ਜੀ ਕੀ ਕਹਿਣਾ ਚਾਹੁੰਦੇ ਜਿਹੜਾ ਗੁਰਪ੍ਰੀਤ ਤੇ ਤੁਹਾਡੇ ਬੇਟੇ ਵੀ ਜਿਹੜੇ ਅੱਜ ਕਤਲ ਹੋਇਆ ਉਹ ਬੰਦੇ ਵਿੱਚ ਤੁਸੀਂ ਕੀ ਮੰਗ ਕਰਦੇ ਹੋ ਕੀ ਕੀ ਕਹਿਣਾ ਚਾਹੁੰਦੇ ਹੋ ਮੰਗ ਅਸੀਂ ਇਹ ਕਰਦੇ ਹਾਂ ਵੀ ਇਨਸਾਫ ਮਿਲ ਜਾਈਂ ਅਸਲ ਬੰਦੇ ਫੜੇ ਜਾਣ ਕੋਣ ਸੀ ਬੰਦੇ ਕੀ ਪਤਾ ਨਹੀਂ ਕੋਈ ਜੀ ਭੇਜਣੀ ਬੰਦੇ ਆਣ ਪਛਾਤੇ ਤੇ ਬੰਦੇ ਆਣ ਪਛਾਤੇ ਬੰਦੇ ਸੀ ਪਹਿਲਾਂ ਕਿਤੇ ਗੁਰਪ੍ਰੀਤ ਨੇ ਘਰੇ ਕੋਈ ਗੱਲ ਕੀਤੀ ਵੀ ਮੈਨੂੰ ਐਦਾਂ ਕੋਈ ਨਹੀਂ ਕੋਈ ਗੱਲ ਨਹੀਂ ਹੋਈ ਧਮਕੀ ਆਈ ਕੋਈ ਕੋਈ ਧਮਕੀ ਬਾਰੇ ਕੋਈ ਗੱਲ ਨਹੀਂ ਹੋਈ ਜੀ ਪੁਹਿਆ ਆ ਸੀ ਹਾਂ ਜੀ ਵੇਹ ਅਸੂਰ ਕਿਸ ਨੇ ਹਾਂਜੀ ਕਿੰਨੇ ਬੱਚਾ ਨੇ ਇੱਕ ਹੀ ਹੈ ਬੱਚਾ ਕਿੰਨੇ ਚੰਗਾ 8 ਸਾਲ ਦਾ 8 ਸਾਲ ਦਾ ਆਗਮ ਸਿੰਘ ਆਗਮ ਸਿੰਘ ਕੀ ਕਹਿਣਾ ਚਾਹੁੰਦੇ ਜਿਹੜਾ ਗੁਰਪ੍ਰੀਤ ਤੇ ਤੁਹਾਡੇ ਬੇਟੇ ਦੀ ਜਿਹੜੇ ਅੱਜ ਕਤਲ ਹੋਇਆ ਉਹਦੇ ਸੰਬੰਧ ਵਿੱਚ ਤੁਸੀਂ ਕੀ ਮੰਗ ਕਰਦੇ ਹੋ ਕੀ ਕੀ ਕਹਿਣਾ ਚਾਹੁੰਦੇ ਮੰਗ ਅਸੀਂ ਇਹ ਕਰਦੇ ਹਾਂ ਵੀ ਇਨਸਾਫ ਮਿਲ ਜਾਈਂ ਕਤਲ ਬੰਦੇ ਫੜੇ ਜਾਣ ਕੋਣ ਸੀ ਬੰਦੇ ਕਿ ਪਤਾ ਨਹੀਂ ਕੋਈ ਭੇਜਣੀ ਬੰਦੇ ਨੇ ਅਣਪਸ਼ਕਤੀ ਦੇ ਬੰਦੇ ਸੀ ਅਣਪਸ਼ਕਤੀ ਬੰਦੇ ਸੀ ਪਹਿਲਾਂ ਕਿਤੇ ਗੁਰਪ੍ਰੀਤ ਨੇ ਘਰੇ ਕੋਈ ਗੱਲ ਕੀਤੀ ਵੀ ਮੈਨੂੰ ਐਦਾਂ ਕੋਈ ਨਹੀਂ ਕੋਈ ਗੱਲ ਨਹੀਂ ਹੋਈ ਕੰਮ ਕੀ ਆ ਕੋਈ ਕੋਈ ਕੰਮ ਕੀ ਬਾਰੇ ਕੋਈ ਗੱਲ ਨਹੀਂ ਹੋਈ ਜੀ ਗੱਲ ਹੋਇਆ ਸੀ ਹਾਂ ਜੀ ਗੱਲ ਹੋਇਆ ਸੀ ਗੁਰਪ੍ਰੀਤ ਨਾਲ ਹਾਂ ਜੀ ਕਿੰਨੇ ਬੱਚਾ ਨੇ ਇੱਕ ਹੀ ਹੈ ਬੱਚਾ ਕਿੰਨੇ ਚੰਗਾ 8 ਸਾਲ ਦਾ 8 ਸਾਲ ਦਾ ਉਸ ਨੂੰ